ਗੱਲ ਆਸਟ੍ਰੇਲੀਆ ਦੀ ਕਰਾਂਗੇ ਪਰ ਖਾਸ ਤੌਰ ਤੇ ਉਹਨਾਂ ਸਟੂਡੈਂਟਸ ਤੇ ਅੱਜ ਅਸੀਂ ਫੋਕਸ ਕਰਾਂਗੇ ਜੋ ਕਿਸੇ ਕਾਰਨ ਕਰਕੇ ਰਿਫਿਊਜ਼ਲ ਫੇਸ ਕਰ ਚੁੱਕੇ ਨੇ ਜਾਂ ਫਿਰ ਉਹਨਾਂ ਦੀ ਪ੍ਰੋਫਾਈਲ ਵਿੱਚ ਥੋੜਾ ਜਿਹਾ ਗੈਪ ਵੀ ਆ ਗਿਆ ਤਾਂ ਫਿਰ ਸਪਨਾ ਚਾਹੇ ਆਸਟ੍ਰੇਲੀਆ ਜਾਣ ਦਾ ਹੀ ਹੈ ਕਿਹੜਾ ਉਹ ਰਸਤਾ ਹੈ ਕਿਵੇਂ ਤੁਸੀਂ ਆਸਟ੍ਰੇਲੀਆ ਹਲੇ ਵੀ ਪਹੁੰਚ ਸਕਦੇ ਹੋ ਅੱਜ ਇੱਕ ਬੜੇ ਹੀ ਵਧੀਆ ਸਿੰਗਾਪੁਰ ਪਾਥਵੇ ਪ੍ਰੋਗਰਾਮ ਦੀ ਅਸੀਂ ਇੱਕ ਵਾਰ ਫਿਰ ਤੋਂ ਗੱਲ ਕਰਾਂਗੇ ਕਿਉਂਕਿ ਪਹਿਲਾਂ ਵੀ ਅਸੀਂ ਇਸ ਉੱਪਰ ਵੀਡੀਓ ਬਣਾਈ ਉਸ ਤੋਂ ਬਾਅਦ ਢੇਰ ਸਾਰੇ ਸਵਾਲ ਵੀ ਸਟੂਡੈਂਟ ਦੇ ਸਾਡੇ ਕੋਲ ਲਗਾਤਾਰ ਆ ਰਹੇ ਨੇ ਸੋ ਬਹੁਤ ਹੀ ਖਾਸ ਗੱਲਾਂ ਇਸ ਪਾਥਵੇ ਪ੍ਰੋਗਰਾਮ ਨੂੰ ਲੈ ਕੇ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਔਰ ਆਸਟ੍ਰੇਲੀਆ ਸਟੱਡੀ ਵੀਜ਼ਾ ਨੂੰ ਲੈ ਕੇ ਸਪੈਸ਼ਲੀ ਜਿਹੜਾ ਇਹ ਪ੍ਰੋਗਰਾਮ ਹੈ ਸਿੰਗਾਪੁਰ ਪਾਥਵੇ ਪ੍ਰੋਗਰਾਮ ਇਸ ਨੂੰ ਲੈ ਕੇ ਡਿਟੇਲ ਵਿੱਚ ਤੁਹਾਡੇ ਨਾਲ ਅੱਜ ਅਸੀਂ ਗੱਲ ਕਰਾਂਗੇ ਔਰ ਇਹ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਮਸਕਾਰ ਸਾਰਿਆਂ ਨੂੰ ਸੋ ਮੈਂ ਜਿਵੇਂ ਕਿ ਹਰ ਵਾਰੀ ਗੱਲ ਕਰਦੀ ਹਾਂ ਕਿ ਮੈਮ ਦਾ ਤਕਰੀਬਨ 26-27 ਸਾਲਾਂ ਦਾ ਐਕਸਪੀਰੀਅੰਸ ਹੈ ਅਤੇ ਇਸ ਐਕਸਪੀਰੀਅੰਸ ਦੇ ਨਾਲ ਹੀ ਉਹ ਇਹਨਾਂ ਮਾਹਿਰ ਤਜ਼ਰਬੇ ਦੇ ਨਾਲ ਜੋ ਹੈ ਸਟੂਡੈਂਟਸ ਨੂੰ ਸਲਾਹ ਦਿੰਦੇ ਨੇ ਔਰ ਕਈ ਐਸੇ ਪ੍ਰੋਫਾਈਲਸ ਜਿਹੜੇ ਸਟੂਡੈਂਟਸ ਨੂੰ ਲੱਗਦਾ ਕਿ ਸ਼ਾਇਦ ਅਸੀਂ ਤਾਂ ਹੁਣ ਆਪਣੇ ਮਨਪਸੰਦ ਜੋ ਡੈਸਟੀਨੇਸ਼ਨ ਉੱਥੇ ਪਹੁੰਚ ਹੀ ਨਹੀਂ ਸਕਦੇ ਸੋ ਮੈਮ ਵੱਲੋਂ ਰਿਸਰਚ ਵਰਕ ਇਹਨਾਂ ਦੀ ਟੀਮ ਵੱਲੋਂ ਇੰਨਾ ਰਿਸਰਚ ਵਰਕ ਕੀਤਾ ਜਾਂਦਾ ਹੈ ਕਿ ਅਜਿਹੇ ਪ੍ਰੋਗਰਾਮ ਲੱਭ ਕੇ ਲਿਆਉਂਦੇ ਜਾਂਦੇ ਹੈ ਤਾਂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਟੂਡੈਂਟ ਨੂੰ ਉਸਦੀ ਮੰਜ਼ਿਲ ਤੱਕ ਪਹੁੰਚਾਇਆ ਜਾ ਸਕੇ ਸੋ ਮੈਮ ਅੱਜ ਸਿੰਗਾਪੁਰ ਪਾਥਵੇ ਪ੍ਰੋਗਰਾਮ ਦੀ ਇੱਕ ਵਾਰ ਫਿਰ ਤੋਂ ਆਪਾਂ ਗੱਲ ਕਰਨ ਜਾ ਰਹੇ ਹਾਂ ਮੈਂ ਜ਼ਰੂਰ ਪਹਿਲਾਂ ਤਾਂ ਇਹ ਜਾਣਨਾ ਚਾਹੂੰਗੀ ਜ਼ਰੂਰ ਕਲੀਅਰ ਕਰੋ ਜਿਹੜੇ ਆਸਟ੍ਰੇਲੀਆ ਸਟੂਡੈਂਟ ਜਾਣਾ ਚਾਹੁੰਦਾ ਹੈ ਰਿਫਿਊਜ਼ਡ ਪ੍ਰੋਫਾਈਲ ਹੈ ਜਿਹੜੀ ਅਸੀਂ ਸਾਰੇ ਜਾਣਦੇ ਹਾਂ ਰਿਫਿਊਜ਼ਲ ਤੋਂ ਬਾਅਦ ਦੁਬਾਰਾ ਆਸਟ੍ਰੇਲੀਆ ਅਪਲਾਈ ਕਰਕੇ ਨਹੀਂ ਚਾਂਸਿਸ ਦਿਖਦੇ ਵੀਜ਼ਾ ਲੈਣ ਦੇ ਸੋ ਕਿੰਨਾ ਕੁ ਵਧੀਆ ਪ੍ਰੋਗਰਾਮ ਇਸ ਨੂੰ ਮੰਨਿਆ ਜਾਏ ਔਰ ਕਿਹੜੇ ਕਿਹੜੇ ਸਟੂਡੈਂਟਸ ਨੂੰ ਤੁਸੀਂ ਕਹੋਗੇ ਕਿ ਅੱਜ ਵੀ ਉਹ ਇਸ ਪ੍ਰੋਗਰਾਮ ਦਾ ਫਾਇਦਾ ਲੈ ਸਕਦੇ ਨੇ ਅਤੇ ਆਪਣੀ ਮੰਜ਼ਿਲ ਤੱਕ ਪਹੁੰਚ ਸਕਦੇ ਨੇ ਜਿਹੜੇ ਬੱਚੇ ਗੈਪ ਆ ਗਿਆ ਜਿਹਨਾਂ ਦਾ ਥੋੜ੍ਹਾ ਜਿਹਾ ਰਾਈਟ ਜਾਂ ਤਾਂ ਆਸਟ੍ਰੇਲੀਆ ਦੀ ਉਹਨਾਂ ਦੀ ਰਿਫਿਊਜ਼ਲ ਆ ਗਈ ਹੈ ਜਾਂ ਫਿਰ ਆਰਟਸ ਦੇ ਸੀਗੇ ਯੂਨੀਵਰਸਿਟੀ ਨੇ ਨਹੀਂ ਐਕਸੈਪਟ ਕੀਤਾ ਬਹੁਤ ਜ਼ਿਆਦਾ ਬੱਚਿਆਂ ਦੀ ਇਹ ਕਾਲਾਂ ਆ ਰਹੀਆਂ ਸਾਡੇ ਕੋਲ ਕਿ ਜੀ ਟੀ ਕਲੀਅਰ ਨਹੀਂ ਹੋਈ ਅਸੀਂ ਦਿੱਤਾ ਹੋਇਆ ਸੀਗਾ ਜਾਂ ਤਾਂ ਲੋਕਲ ਏਜੰਟ ਨੂੰ ਦੇ ਤਾ ਉਹਦੇ ਕੋਲ ਡਾਇਰੈਕਟ ਯੂਨੀਵਰਸਿਟੀ ਨਹੀਂ ਹੈ ਉਹਨੇ ਅੱਗੇ ਦਿੱਤਾ ਅਤੇ ਉਹ ਨੈਚੁਰਲ ਆ ਟਾਈਮ ਜਿਹੜਾ ਤੁਹਾਡਾ ਮੈਂ ਹਮੇਸ਼ਾ ਇਹੀ ਕਹਿੰਦੀ ਹਾਂ ਤੁਹਾਨੂੰ ਦੂਰ ਆਉਣਾ ਪਏ ਜਿਹੜਾ ਤੁਸੀਂ ਅਬਰੋਡ ਜਾਣਾ 13-14 ਘੰਟੇ ਦੀ ਫਲਾਈਟ ਲੈਣੀ ਆ ਉਹਦੇ ਵਾਸਤੇ ਤੁਹਾਨੂੰ 2-4-5 ਘੰਟੇ ਆਪਣੇ ਜਰਨੀ 'ਤੇ ਆਪਣੇ ਸਫ਼ਰ 'ਤੇ ਵੀ ਲਾਉਣਾ ਪਏ ਅਤੇ ਉਹਨੂੰ ਇੱਕ ਇਨਵੈਸਟਮੈਂਟ ਸਮਝੋ ਲੋਕਲ ਦੇ ਕੇ ਤੁਹਾਨੂੰ ਇਹ ਪ੍ਰੋਬਲਮਸ ਅਕਸਰ ਆ ਜਾਂਦੀਆਂ ਹੁਣ ਆਰਟਸ ਦਾ ਬੱਚਾ ਹੈ ਜਾਂ ਜੀ ਟੀ ਕਲੀਅਰ ਨਹੀਂ ਹੋਈ ਜਾਂ ਰਿਜੈਕਸ਼ਨ ਆ ਗਿਆ ਇਹ 3-4 ਚੀਜ਼ਾਂ ਜੋ ਬੱਚਿਆਂ ਨੂੰ ਤੰਗ ਕਰਦੀਆਂ ਜਾਂ ਉਹਦਾ ਪੀ ਟੀ ਦਾ ਸਕੋਰ ਵਾਰ ਵਾਰ ਉਨਾ ਨਹੀਂ ਆ ਰਿਹਾ ਹੁਣ ਉਹ ਜਿਹੜਾ ਗੈਪ ਕ੍ਰੀਏਟ ਹੋ ਗਿਆ ਉਸ ਗੈਪ ਦੇ ਵਾਸਤੇ ਬਹੁਤ ਮੇਰੇ ਖਿਆਲ 90% ਬੱਚਾ ਉਹ ਹੀ ਹੈ ਜਿਹੜਾ ਕਹਿੰਦਾ ਕਿ ਦੁਬਾਰਾ ਆਸਟ੍ਰੇਲੀਆ ਹੀ ਜਾਣਾ ਜੋ ਮਰਜ਼ੀ ਹੋਏ ਦਿਮਾਗ 'ਚ ਇੱਕ ਨਾ ਸੈੱਟ ਹੋ ਗਿਆ ਔਰ ਸਭ ਤੋਂ ਜ਼ਿਆਦਾ ਪ੍ਰੋਬਲਮ ਆਪਣੀ ਹਿਊਮਨ ਮਾਇੰਡ ਦੀ ਹੈ ਕਿ ਹਰ ਚੀਜ਼ ਆਪਾਂ ਦਿਮਾਗ 'ਚ ਸੈੱਟ ਕਰ ਲੈਂਦੇ ਹਾਂ ਉਸ ਤੋਂ ਆਪਾਂ ਬਾਹਰ ਨਿਕਲਦੇ ਨਹੀਂ ਹੁਣ ਜਿਹੜਾ ਬੱਚਾ ਬਾਹਰ ਨਿਕਲ ਨਹੀਂ ਸਕ ਰਿਹਾ ਔਰ ਜਿਹਦਾ ਦਿਮਾਗ ਇੱਥੇ ਹੀ ਸੈੱਟ ਹੈ ਮੈਂ ਆਸਟ੍ਰੇਲੀਆ ਪਹੁੰਚਣਾ ਉਹਦੇ ਵਾਸਤੇ ਇਹ ਚੀਜ਼ ਬਹੁਤ ਅੱਛੀ ਹੈ ਕਿ ਉਹ ਪਾਥਵੇ ਪ੍ਰੋਗਰਾਮ ਲੈ ਲਏ ਹੁਣ ਪਾਥਵੇ ਪ੍ਰੋਗਰਾਮ ਜਿਹੜਾ ਆਸਟ੍ਰੇਲੀਅਨ ਯੂਨੀਵਰਸਿਟੀਜ਼ ਨੇ ਜਿਹੜਾ ਕਾਫੀ ਸਾਰੀ ਕੰਟਰੀਜ਼ ਦੇ ਵਿੱਚ ਆਪਣੇ ਕੈਂਪਸ ਖੋਲ੍ਹੇ ਹੋਏ ਹੈ ਈਵਨ ਇੰਡੀਆ 'ਚ ਵੀ ਖੋਲ੍ਹੇ ਹੋਏ ਆ ਕਿ ਤੁਸੀਂ ਸਾਲ 6 ਮਹੀਨੇ ਇੱਥੇ ਪੜ੍ਹੋ ਔਰ ਫਿਰ ਤੁਸੀਂ ਜਿਹੜਾ ਨੈਕਸਟ ਫਾਈਲ ਲਗਾ ਸਕਦੇ ਹੋ ਬਟ ਜਿਹੜਾ ਮੈਂ ਜ਼ਿਆਦਾ ਬੱਚੇ ਨੂੰ ਸੁਜੈਸਟ ਕਰਦੀ ਹਾਂ ਉਹ ਸਿੰਗਾਪੁਰ ਦਾ ਇਸ ਕਰਕੇ ਕਿ ਸਿੰਗਾਪੁਰ ਜਿਹੜਾ ਲੈਵਲ 1 ਕੰਟਰੀ ਹੈ ਫੀਸ ਆਪਣੀ ਆਸਟ੍ਰੇਲੀਆ ਤੋਂ ਅੱਧੀ ਹੈ ਮੰਨ ਲਓ ਆਸਟ੍ਰੇਲੀਆ ਦੇ ਵਿੱਚ $30-35,000 ਹੈ ਇੱਥੇ $15-20,000 ਹੈ ਮਤਲਬ $10-15,000 ਤੁਸੀਂ ਬਚਾ ਲੈਂਦੇ ਹੋ ਸਿੰਗਾਪੁਰ ਜਾਣ ਵਾਸਤੇ ਤੁਹਾਨੂੰ ਕੋਈ ਆਇਲਸ ਦੀ ਜ਼ਰੂਰਤ ਨਹੀਂ ਹੈ ਬਟ ਜਦ ਤੁਸੀਂ ਸਿੰਗਾਪੁਰ ਟੂ ਆਸਟ੍ਰੇਲੀਆ ਫਾਈਲ ਲਗਾਓਗੇ ਤਾਂ ਨੈਚੁਰਲ ਯੂਨੀਵਰਸਿਟੀ ਦੀ ਜੋ ਰਿਕੁਆਇਰਮੈਂਟ ਹੈ ਪੂਰੀ ਕਰਨੀ ਹੈ ਅਤੇ ਉਹ ਬੱਚੇ ਜਿਨ੍ਹਾਂ ਦੀ ਰਿਜੈਕਸ਼ਨ ਹੋ ਗਈ ਜਾਂ ਜੀ ਟੀ ਕਲੀਅਰ ਨਹੀਂ ਹੋਈ ਉਹਨਾਂ ਨੇ ਤਾਂ ਆਲਰੇਡੀ ਆਇਲਸ ਕੀਤਾ ਹੋਇਆ ਉਹ ਬੱਚੇ ਇਹਦੇ ਵਾਸਤੇ ਬਹੁਤ ਫਿੱਟ ਬੈਠਦੇ ਆ ਉਹ 1-2 ਸਾਲ ਦੇ ਗੈਪ ਦੀ ਵੀ ਪ੍ਰੋਬਲਮ ਨਹੀਂ ਹੈ ਸਿੰਗਾਪੁਰ 'ਚ ਜਸਟੀਫਾਈ ਹੋ ਜਾਂਦਾ ਫਿਰ ਤੁਸੀਂ ਜਿਹੜਾ 1 ਈਅਰ ਸਿੰਗਾਪੁਰ 'ਚ ਕਰ ਲਿਆ ਉਹਦੇ ਬਾਅਦ 2 ਸਾਲ ਤੁਸੀਂ ਆਸਟ੍ਰੇਲੀਆ ਵਿੱਚ ਲਾਉਣੇ ਹੈ ਅਤੇ ਉਹ ਦੋ ਆਪਸ 'ਚ ਜਿਹੜਾ ਇੱਕ ਕੋਂਬੀਨੇਸ਼ਨ ਬਣ ਗਿਆ ਜਿਹੜਾ ਪਿਛਲਾ ਗੈਪ ਹੈ ਉਹ ਸਿੰਗਾਪੁਰ ਨੇ ਤੁਹਾਨੂੰ ਪੁੱਛਿਆ ਨਹੀਂ ਸਾਲ 2 ਸਾਲ ਦਾ ਜਿਹੜਾ ਆਇਆ ਔਰ ਸਿੰਗਾਪੁਰ ਟੂ ਆਸਟ੍ਰੇਲੀਆ ਜਦ ਲਗਾਉਣੀ ਹੈ 1 ਸਾਲ ਆਲਰੇਡੀ ਤੁਸੀਂ ਸਿੰਗਾਪੁਰ 'ਚ ਕਰ ਲਿਆ ਔਰ 2 ਸਾਲ ਤੁਸੀਂ ਆਸਟ੍ਰੇਲੀਆ 'ਚ ਕਰਨਾ ਅਤੇ ਉਹ ਪਾਥਵੇ ਪ੍ਰੋਗਰਾਮ ਹੈ ਅਤੇ ਆਪਸ 'ਚ ਕੰਬੀਨੇਸ਼ਨ ਬੈਠ ਜਾਂਦਾ
ਹੁਣ ਸਿੰਗਾਪੁਰ ਵਾਸਤੇ ਜਿਹੜਾ ਹੈ ਤੁਹਾਡੀ ਜਿਹੜੀ ਫੀਸ ਆ ਉਹ ਵੀਜ਼ਾ ਦੇ ਬਾਅਦ ਜਾਣੀ ਹੈ, ਯੂਨੀਵਰਸਿਟੀ ਟੂ ਯੂਨੀਵਰਸਿਟੀ ਡਿਪੈਂਡ ਕਰਦਾ, ਕਿਸੇ ਦੀ $450 $480 ਜੋ ਵੀ ਇਹਨਾਂ ਦੀ ਐਪਲੀਕੇਸ਼ਨ ਫੀਸ ਆ ਸਿੰਗਾਪੁਰ ਆਸਟ੍ਰੇਲੀਅਨ ਜਿਹੜੀ ਪਾਥਵੇ ਪ੍ਰੋਗਰਾਮ ਦੀ ਯੂਨੀਵਰਸਿਟੀ ਦੀ ਆਪਣੀ ਉਹ ਜਾਏਗੀ, ਬਾਕੀ ਰੈਸਟ ਆਫ ਦਾ ਟੋਟਲ ਫੀ ਜਿਹੜੀ ਹੈ ਵੀਜ਼ਾ ਦੇ ਬਾਅਦ ਜਾਣੀ ਆ। ਇਹ ਇੱਕ ਬਹੁਤ ਬੜਾ ਪਲੱਸ ਪੁਆਇੰਟ ਹੈ। ਫੰਡਸ ਚਾਹੇ ਤੁਸੀਂ ਵਨ ਡੇ ਓਲਡ ਦਿਖਾ ਲਓ ਸਿੰਗਾਪੁਰ 'ਚ, ਉਹ ਵੀ ਪ੍ਰੋਬਲਮ ਨਹੀਂ ਹੈ। ਸਟੂਡੈਂਟਸ ਅਕਸਰ ਇਹ ਕੁਸਚਨ ਆਉਂਦਾ ਹਰਜੋਤ ਕਿ ਜਿਹੜਾ ਇੱਕ ਬੜਾ ਕਹਿੰਦੇ ਆ ਨਾ ਸ਼ਾਇਦ ਜਾਂ ਆਪਣੇ ਸਮਝਾਉਣ 'ਚ ਕੋਈ ਪ੍ਰੋਬਲਮ ਹੈ ਜਾਂ ਬੱਚੇ ਦੇ ਸਮਝਣ 'ਚ ਪ੍ਰੋਬਲਮ ਹੈ ਕਿ ਜਦ ਸਿੰਗਾਪੁਰ ਚਲੇ ਗਏ ਕਿ ਆਸਟ੍ਰੇਲੀਆ ਦੀ ਫੀਸ ਵੀ ਦੇਣੀ ਪਏਗੀ, ਅਤੇ ਤੁਸੀਂ ਇੱਕ ਸਾਲ ਦੀ ਜਿਹੜੀ ਆ ਸਿੰਗਾਪੁਰ ਦੀ ਫੀਸ ਦਿੱਤੀ ਹੈ ਤਾਂ ਸਿੰਗਾਪੁਰ ਪੜ੍ਹਾਈ ਕਰ ਲਈ। ਜਦ ਤੁਹਾਡੀ ਆਸਟ੍ਰੇਲੀਆ ਦੀ ਫਾਈਲ ਲੱਗੇਗੀ ਅਗਲੇ ਜਿਹੜੇ 6 ਮਹੀਨੇ ਦੀ ਫੀਸ ਹੈ ਆਸਟ੍ਰੇਲੀਆ ਦੀ, ਮੀਨਸ 2 ਸਾਲ ਦਾ ਕਰਨਾ ਤੁਸੀਂ, ਲੇਕਿਨ ਆਸਟ੍ਰੇਲੀਆ ਦੇ ਵਿੱਚ ਜਦ ਸੈਕਿੰਡ ਈਅਰ ਦੀ ਆਪਾਂ ਐਡਮਿਸ਼ਨ ਲੈਂਦੇ ਹਾਂ ਤਾਂ 6 ਮੰਥ ਦੀ ਮਿਨੀਮਮ ਫੀਸ ਦੇ ਕੇ ਹੀ ਫਾਈਲ ਲੱਗਦੀ ਹੈ ਅਤੇ ਉਹ ਤੁਹਾਨੂੰ ਦੇਣੀ ਪੈਂਦੀ ਹੈ। ਔਰ ਫੰਡਿੰਗ ਯੂਨੀਵਰਸਿਟੀ ਦੇ ਉੱਪਰ ਹੈ ਸਿੰਗਾਪੁਰ ਤੋਂ, ਕਿਉਂਕਿ ਫੰਡਿੰਗ ਲੈਵਲ 1 ਕੰਟਰੀ ਨਹੀਂ ਵੀ ਦਿਖਾਉਣਾ, ਬਟ ਜੇ ਯੂਨੀਵਰਸਿਟੀ ਕਹਿੰਦੀ ਹੈ ਤਾਂ ਤੁਹਾਨੂੰ ਦਿਖਾਉਣਾ ਵੀ ਪੈ ਸਕਦਾ। ਅਤੇ ਇਹ ਤੁਹਾਡਾ ਟੋਟਲ ਪ੍ਰੋਸੈਸ ਹੈ ਸਿੰਗਾਪੁਰ ਟੂ ਆਸਟ੍ਰੇਲੀਆ, ਜਿਹੜਾ ਕਿ ਇੱਕ ਬਹੁਤ ਅੱਛਾ ਪ੍ਰੋਸੈਸ ਹੈ। ਹੁਣ ਮੇਰਾ ਇਹ ਪ੍ਰੋਗਰਾਮ ਦੇਖ ਕੇ ਕੱਲ੍ਹ ਨੂੰ ਤੁਸੀਂ ਕਹੋ ਮੈਡਮ 100%, ਬਿਲਕੁਲ 100% ਹੈ, ਲੇਕਿਨ ਜਿਹੜਾ ਕੈਂਪਸ ਦਾ, ਜਿਹੜਾ ਯੂਨੀਵਰਸਿਟੀ ਦਾ ਅਟੈਂਡੈਂਸ ਦਾ, ਅਸਾਈਨਮੈਂਟ ਦਾ ਜੋ ਵੀ ਪ੍ਰੋਸੀਜਰ ਆ ਉਹ ਤੁਹਾਨੂੰ ਪੂਰਾ ਕਰਨਾ ਪਏਗਾ। ਜਦ ਤੁਸੀਂ ਮੰਨ ਲਓ ਉਹਨਾਂ ਦੀ ਜੋ ਵੀ ਪਰਸੈਂਟੇਜ ਆਫ ਅਟੈਂਡੈਂਸ ਹੈ 70%, 80% ਅਟੈਂਡੈਂਸ ਕੰਪਲਸਰੀ ਜਿਹੜੀ ਚਾਹੀਦੀ ਆ, ਉਹ ਜਦ ਤੁਸੀਂ ਨਹੀਂ ਕੀਤੀ ਫਿਰ ਤੁਹਾਡੀ ਐਲੀਜੀਬਿਲਟੀ ਮਤਲਬ ਮੁਸ਼ਕਲ ਹੋ ਜਾਂਦਾ। ਅਤੇ ਉਹ ਤੁਸੀਂ ਪ੍ਰੋਸੀਜਰ ਦੇ ਵਿੱਚ ਚੱਲਣਾ ਹੈ ਜਿਹੜੀ, ਕਿਉਂਕਿ ਕਿਸੇ ਵੀ ਯੂਨੀਵਰਸਿਟੀ ਦਾ ਇੱਕ ਆਪਣਾ ਪ੍ਰੋਸੀਜਰ ਹੈ ਨੈਕਸਟ ਪ੍ਰਮੋਸ਼ਨ ਦਾ, ਚਾਹੇ ਉਹ ਇੰਡੀਆ 'ਚ ਵੀ ਹੋਏ, ਅਤੇ ਹਰ ਜਗ੍ਹਾ ਇੱਕ ਅਟੈਂਡੈਂਸ ਦਾ ਵੀ ਹੈ, ਪਰਸੈਂਟੇਜ ਦਾ ਵੀ ਹੈ, ਔਰ ਬਾਕੀ ਆਸਟ੍ਰੇਲੀਆ ਜਾਣਾ ਉਹਨਾਂ ਨੂੰ ਆਇਲਸ ਵੀ ਉਸ ਟਾਈਮ ਮੰਗ ਵੀ ਸਕਦੇ, ਨਹੀਂ ਵੀ ਮੰਗ ਸਕਦੇ, ਉਹਨਾਂ ਦੇ ਉੱਪਰ ਡਿਪੈਂਡ ਕਰਦਾ। ਅਤੇ ਇਹ ਟੋਟਲ ਤੁਹਾਡਾ ਪ੍ਰੋਸੈਸ ਹੁੰਦਾ, ਇਸ ਪ੍ਰੋਸੈਸ ਨੂੰ ਤੁਸੀਂ ਫੋਲੋ ਕਰਦੇ ਹੋ ਤਾਂ ਤੁਸੀਂ 101% ਤੁਸੀਂ ਆਸਟ੍ਰੇਲੀਆ ਪਹੁੰਚਦੇ ਹੋ। ਔਰ ਬਹੁਤ ਬੱਚਾ ਸਾਡਾ ਜਿਹੜਾ ਵੀ ਆ, ਸਾਨੂੰ ਵੀ ਬੱਚਿਆਂ ਤੋਂ ਪਤਾ ਚੱਲਿਆ ਜਦ ਅਸੀਂ ਬਹੁਤ ਸਾਲ ਪਹਿਲੇ, ਮੇਰੇ ਖਿਆਲ ਇਸ ਤੋਂ 15 ਸਾਲ ਪਹਿਲੇ ਜਦ ਅਸੀਂ ਬੱਚੇ ਭੇਜਣਾ ਸ਼ੁਰੂ ਕੀਤੇ, ਨਹੀਂ ਐਲੀਜੀਬਿਲਟੀ ਬਣਦੀ ਸੀ, ਬੱਚਾ ਸਿੰਗਾਪੁਰ ਮੰਗ ਲੈਂਦਾ ਸੀ ਅਤੇ ਫਿਰ ਅਸੀਂ ਇਹ ਦੇ ਦਿੰਦੇ ਸੀ, ਉਹ ਆਸਟ੍ਰੇਲੀਆ ਜਾ ਕੇ ਸਾਨੂੰ ਕਾਲ ਕਰਦੇ ਸੀ ਕਿ ਮੈਡਮ ਮੈਂ ਤਾਂ ਪਹੁੰਚ ਗਿਆ, ਕਿ ਬੜਾ ਅੱਛਾ ਪ੍ਰੋਗਰਾਮ ਹੈ। ਹਾਂ, ਜਿਹੜੇ ਬੱਚੇ ਦਾ ਬਜਟ ਇਸ਼ੂ ਹੈ ਕਿ $15,000 ਨਹੀਂ ਕਰਨਾ, ਇੱਕ ਓਵਰਸੀਜ਼ ਐਕਸਪੀਰੀਅੰਸ ਲੈਣਾ, ਉਹਨਾਂ ਦੇ ਵਾਸਤੇ ਵੀ 3-4 ਲੱਖ 'ਚ ਕੰਟਰੀਆਂ ਮਿਲ ਜਾਂਦੀਆਂ, ਬਹੁਤ ਸਾਰੀ ਕੰਟਰੀਆਂ, ਉਹਨਾਂ ਦਾ ਆਪਾਂ ਦੂਸਰੀ ਵੀਡੀਓ 'ਚ ਕੰਪਲੀਟ ਐਕਸਪਲੇਨ ਕਰ ਦਾਂਗੇ। ਬਟ ਇਹ ਬੱਚੇ ਜਿਹੜੇ ਆਸਟ੍ਰੇਲੀਆ ਜਾਣ ਦੇ ਟੋਟਲ ਚਾਹਵਾਨ ਹੈ, ਉਹਨਾਂ ਦੇ ਵਾਸਤੇ ਸਿੰਗਾਪੁਰ, ਨਿਊਜ਼ੀਲੈਂਡ ਇਹੋ ਜਿਹੇ ਪਾਥਵੇ ਬਣ ਜਾਂਦੇ। ਜੀ ਬਿਲਕੁਲ, ਮੈਨੂੰ ਉਮੀਦ ਹੈ ਸਟੂਡੈਂਟਸ ਨੂੰ ਕਾਫੀ ਕੁਝ ਜ਼ਰੂਰ ਨਵਾਂ ਜਾਣਨ ਨੂੰ ਮਿਲਿਆ। ਸੋ ਜਿਹੜੇ ਸਟੂਡੈਂਟਸ ਜਾਣਾ ਤਾਂ ਆਸਟ੍ਰੇਲੀਆ ਹੀ ਚਾਹੁੰਦੇ ਨੇ, ਲੇਕਿਨ ਚਾਹੇ ਰਿਫਿਊਜ਼ਲ ਕਰਕੇ ਤੁਹਾਨੂੰ ਲੱਗਦਾ ਸੀ ਕਿ ਹੁਣ ਅਸੀਂ ਸ਼ਾਇਦ ਨਾ ਜਾ ਸਕੀਏ, ਸੋ ਤੁਹਾਡੇ ਲਈ ਬਹੁਤ ਵਧੀਆ ਵਧੀਆ ਪਾਥਵੇ ਪ੍ਰੋਗਰਾਮਸ ਨੇ। ਸੋ ਤੁਸੀਂ ਜ਼ਰੂਰ ਨੈਵੀਗੇਟਰ ਓਵਰਸੀਜ਼ ਦੀ ਟੀਮ ਦੇ ਨਾਲ ਜੋ ਨੰਬਰ ਡਿਸਪਲੇਸ ਉੱਪਰ ਕਾਲ ਕਰਕੇ ਕੰਟੈਕਟ ਕਰ ਸਕਦੇ ਹੋ। ਮੈਮ ਨੂੰ ਪਰਸਨਲੀ ਮਿਲਣਾ ਚਾਹੁੰਦੇ ਹੋ ਤਾਂ ਆਪਣੇ ਡਾਕੂਮੈਂਟਸ ਇਹਨਾਂ ਦੇ ਔਫਿਸ ਜ਼ਰੂਰ ਲੈ ਕੇ ਆਓ, ਅਸੈਸਮੈਂਟ ਕਰਵਾਓ, ਔਰ ਮੈਮ ਦੇ ਇੰਨੇ ਸਾਲਾਂ ਦੇ ਤਜ਼ਰਬੇ 'ਚੋਂ ਤੁਸੀਂ ਵੀ ਆਪਣੇ ਲਈ ਇੱਕ ਸਹੀ ਸਲਾਹ ਲੈ ਕੇ ਅੱਗੇ ਵੱਧ ਸਕਦੇ ਹੋ ਅਤੇ ਆਪਣੇ ਫਿਊਚਰ ਨੂੰ ਬ੍ਰਾਈਟ ਕਰ ਸਕਦੇ ਹੋ। ਬਹੁਤ ਬਹੁਤ ਥੈਂਕਸ ਮੈਮ, ਡਿਟੇਲ ਵਿੱਚ ਤੁਸੀਂ ਇਹ ਬਹੁਤ ਚੰਗੇ ਢੰਗ ਨਾਲ ਇਹ ਸਿੰਗਾਪੁਰ ਪਾਥਵੇ ਪ੍ਰੋਗਰਾਮ ਸਮਝਾਇਆ ਤਾਂ ਕਿ ਸਟੂਡੈਂਟਸ ਜਿਹੜੇ ਕਿ ਜਿਵੇਂ ਕਿ ਮੈਂ ਪਹਿਲਾਂ ਗੱਲ ਕੀਤੀ ਹੈ ਉਮੀਦ ਹਾਰ ਚੁੱਕੇ ਨੇ, ਸੋ ਉਹਨਾਂ ਲਈ ਢੇਰ ਸਾਰੀਆਂ ਉਮੀਦਾਂ ਹਲੇ ਵੀ ਕਾਇਮ ਨੇ। ਸੋ ਤੁਸੀਂ ਇੱਕ ਸਹੀ ਰਸਤੇ 'ਤੇ ਚੱਲਦੇ ਹੋਏ ਜੋ ਹੈ ਆਪਣਾ ਆਸਟ੍ਰੇਲੀਆ ਜਾਣ ਦਾ ਸੁਪਨਾ ਹਲੇ ਵੀ ਸਾਕਾਰ ਕਰ ਸਕਦੇ ਹੋ। ਬਾਕੀ ਆਪਣੇ ਸਵਾਲ ਤੁਸੀਂ ਕਮੈਂਟ ਸੈਕਸ਼ਨ ਵਿੱਚ ਵੀ ਸਾਡੇ ਨਾਲ ਸਾਂਝੇ ਜ਼ਰੂਰ ਕਰ ਸਕਦੇ ਹੋ। ਅੱਗੋਂ ਵੀ ਅਸੀਂ ਤੁਹਾਡੇ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਅੱਜ ਲਈ ਸਾਨੂੰ ਦਿਓ ਜੀ ਇਜਾਜ਼ਤ, ਥੈਂਕ ਯੂ ਸੋ ਮਚ। ਥੈਂਕ ਯੂ।